मेरी एक भादर भैनों सचमुच तुसी अपनी मां धरती दी गोदी राखी कीती है उहदे प्यार दी तुसी हाकमां दे उस हल्ले दा एक मोड़वा जवाब दिता है कि जिहदे कोल तुहाडी मां फोन जा रहे सी ਤੁਹਾਡੇ ਬੱਚਿਆਂ ਦੀ ਰੋਟੀ ਖੋਣ ਜਾ ਰਹੇ ਸੀ ਤੁਹਾਡੇ ਇਸ ਨੌ ਮਹੀਨਿਆਂ ਦੇ ਦੋਦਰ ਨੇ ਉਹ ਸ਼ਕਤੀਆਂ ਨੰਗੀਆਂ ਕੀਤੀਆਂ ਨੇ ਜਿਹੜੀਆਂ ਪਰਦੇ ਦੇ ਪਿੱਛੇ ਬੈਠੀਆਂ ਚਾਲਾਂ ਦੇ ਪੌਂਸਲਿਆਂ ਬਣਾ ਰਹੀਆਂ ਸੀ ਤੁਸੀਂ ਕਾਰਪੋਰੇਟ ਘਰਾਣਿਆਂ ਉਹ ਦੁਕਾਨਾਂ ਬੰਦ ਕੀਤੀਆਂ ਨੇ ਜਿਹੜਾ ਦਿਨ ਦਿਹਾੜੇ ਲੋਕਾਂ ਦੀਆਂ ਗੇਬਾਂ ਕੱਢਣੀਆਂ ਸੀ ਤੁਸੀਂ ਦੱਸਿਆ ਤੁਸੀਂ ਸ਼ਨਾਖਤ ਕੀਤੀ ਹੈ ਉਹਨਾਂ ਆਗਿਆ ਦੀ ਸ਼ਨਾਖਤ ਕੀਤੀ ਹੈ ਜਿਹਨਾਂ ਆਗਿਆ ਦੀ ਰਾਖੀ ਮੋਦੀ ਹਕੂਮਤ ਦੇ ਕਾਨੂੰਨ ਕਰਦੇ ਨੇ ਉਹ ਚਾਹੇ ਸ਼ੀਲੋ ਗ੍ਰਾਮ ਹੋਵੇ ਉਹ ਚਾਹੇ ਵੱਡੇ ਵੱਡੇ ਮਾਲ ਹੋਣ ਉਹ ਚਾਹੇ ਟੋਲ ਪਲਾਜ਼ੇ ਹੋਣ ਚਾਹੇ ਰਿਲਾਇੰਸ ਦੇ ਪੰਪ ਹੋਣ ਇਹ ਰਾਖੀ ਕਰਦਿਆਂ ਤੁਸੀਂ ਆਪਣੀ ਵਿਰਾਸਤ ਨੂੰ ਪਛਾਣਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉੱਠੀ ਹੈ ਇੱਕ ਜੁੱਟ ਹੋਈ ਹੈ ਤੇ ਇੱਕ ਜੁੱਟ ਹੋਈ ਹਾਕਮਾਂ ਨੂੰ ਇਹ ਜੁੜੇ ਹੋਏ ਸਿਰ ਕਦੇ ਵੀ ਭੋਲੇ ਹੁੰਦੇ ਦੋਸਤੋ ਇਹ ਮੂਵਮੈਂਟ ਉੱਠੀ ਤਾਂ ਇਸ ਮੂਵਮੈਂਟ ਦੇ ਵਿੱਚ ਜਦੋਂ ਦਿੱਲੀ ਦਾ ਐਲਾਨ ਹੋ ਗਿਆ ਵੀ ਦਿੱਲੀ ਘੇਰਨੀ ਹੈ ਉਦੋਂ ਇੱਕ ਨਿਆਣੀ ਛੱਡੀ ਆ ਇੱਕ ਹਾਕਮਾ ਨੇ ਜਿਹੜਾ ਵਾਰ ਵਾਰ ਸਵਾਲ ਕਰਦਾ ਮੀਡੀਆ ਵੀ 26 ਦੀ ਘਟਨਾ ਕੀ ਵਾਪਰੀ ਹੈ 26 ਦੀ ਘਟਨਾ ਕੋਈ ਚਾਂਸ ਬਾਕੀ ਹੋਈ ਘਟਨਾ ਨਹੀਂ ਹੈ ਉਹ ਇੱਕ ਸਕੀਮ ਸੀ ਇੱਕ ਪਲਾਨ ਸੀ ਉਹਦੇ ਵਿੱਚ ਇੱਕ ਗਰੁੱਪ ਸੀ ਇੱਕ ਥਲਾ ਸੀ ਜਿਹੜਾ ਹਾਕਮਾਂ ਦੇ ਕਹਿਣੇ ਤੇ ਕੰਮ ਕਰਦਾ ਸੀ ਜਿਹਦਾ ਆਪਣਾ ਵੱਖਰਾ ਪ੍ਰੋਗਰਾਮ ਸੀ ਜਿਹੜਾ ਆਪਣਾ ਦਿਨ ਘਰਾਂ ਦੀ ਗੱਲ ਕਰਦਾ ਸੀ ਜਿਹੜਾ ਅਨੰਦਪੁਰ ਸਾਹਿਬ ਦੇ ਮੇਲੇ ਦੀ ਗੱਲ ਕਰਦਾ ਸੀ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਸੀ ਉਹ ਗਰੁੱਪ ਸੀਗਾ ਉਹ ਬਕਾਇਦਾ ਉਸੇ ਦਿਨ ਤੋਂ ਐਕਟਿਵ ਹੈ ਜਦੋਂ ਕਿਸਾਨ ਜਥੇ ਲੱਗੀਆਂ ਐਕਟਿਵ ਹੋਈਆਂ ਨੇ ਉਹ ਬਕਾਇਦਾ ਉਸੇ ਦਿਨ ਤੋਂ ਵੱਖਰੀ ਸਟੇਜ ਸੀ ਉਹਦੀ ਉਹਦੀ ਵੱਖਰੀ ਲੈਣ ਸੀ ਉਹਦਾ ਵੱਖਰਾ ਪ੍ਰੋਗਰਾਮ ਸੀ ਉਹ 26 ਨਵੰਬਰ ਤੋਂ ਵੀ ਸ਼ੁਰੂ ਹੋਇਆ ਉਸੇ ਦੇ ਨਾਕੇ ਤੋੜੇ ਨੇ ਸਾਰੇ ਕਿਸਾਨ ਜਥੇਬੰਦੀਆਂ ਦਾ ਕੋਈ ਪ੍ਰੋਗਰਾਮ ਸੀ 26 ਤੋਂ ਬਾਹਰ ਆਉਣ ਦਾ ਇੱਕ ਵਾਰੀ ਜਦੋਂ ਪੁਲਿਸ ਦੇ ਲੋਕ ਦੇ ਉੱਤੇ ਇਕੱਠੇ ਹੋਣ ਦਾ ਸਾਰਾ ਗੱਲ ਪਰ 26 ਨਵੰਬਰ ਨੂੰ ਜਿਹੜੇ ਨਾਕੇ ਤੋੜੇ ਨੇ ਉਸ ਗਰੁੱਪ ਨੇ ਕਿਹਾ ਮੈਂ ਚੁਣਾਵ ਨਾਲ ਬੋਲਦਾ ਸੀ ਸਟੇਟ ਤੋਂ ਕਿਸਾਨ ਜਥੇਬੰਦੀਆਂ ਨੂੰ ਗਾਲਾਂ ਕੱਢਣਾ ਨਹੀਂ ਸੁਣਿਆ ਕਿ ਤੁਹਾਨੂੰ ਦਿੱਲੀ ਲੈ ਕੇ ਆਉਣ ਵਾਲੇ ਅਸੀਂ ਹਾਂ ਹੁਣ ਤੁਹਾਨੂੰ ਦਿੱਲੀ ਲਿਆਂਦਾ ਹੁਣ ਤੁਸੀਂ ਸਾਨੂੰ ਐ ਕਹਿੰਦੇ ਹੋ ਇੱਕ ਸਟੇਟ ਤੋਂ 25 ਤਰੀਕ ਨੂੰ ਬੋਲਿਆ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਟੈਕਸ ਕਿਸੇ ਦਿਨ ਮੰਨੇ ਹੋਣਗੇ ਇੱਕ ਬੰਦਾ ਸਟੇਟ ਤੋਂ ਬੋਲਦਾ ਫਿਰ ਉਹ 25 ਤਰੀਕ ਨੂੰ ਕਿ ਮੈਂ ਆਪਣੇ ਟੈਕਸ ਤੇ 5 ਬੰਦੇ ਬਿਠਾਊਂਗਾ ਕਿਹੜਾ ਸਾਰਾ ਹੁੰਦਾ ਜਿਹੜਾ ਮੇਰੇ ਟੈਕਸ ਤੇ 5 ਬੰਦੇ ਨੂੰ ਬੈਠਣ ਦੇ ਰੋਕੂ ਇਹ ਜਥੇਬੰਦੀਆਂ ਨੇ ਹੇਜ ਦੀ ਗੱਲ ਸੀ ਬਸ ਇਹ ਜਥੇਬੰਦੀਆਂ ਨੇ ਕਿਉਂ ਗੱਲ ਸੀ ਮੈਂ ਰਿੰਗ ਰੋਡ ਤੇ ਜਾਊਂਗਾ ਮੈਂ ਲਾਲ ਕਿਲ੍ਹੇ ਤੇ ਜਾਊਂਗਾ ਮੈਂ ਵਿਧਾਨ ਸਭਾ ਦੇ ਵਿੱਚ ਜਾਊਂਗਾ ਇਹ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਇਹ ਜਥੇਬੰਦੀਆਂ ਨੇ ਦਿੱਤਾ ਸੀ ਪ੍ਰੋਗਰਾਮ ਜਿਹੜੇ ਕਹਿੰਦੇ ਅਸੀਂ ਤਾਂ ਕਿਸਾਨਾਂ ਦੇ ਵੀਕਲ ਦੀ ਇੱਜ਼ਤ ਕਰਦੇ ਹਾਂ ਅਸੀਂ ਤਾਂ ਕਿਸਾਨ ਦੇ ਜਥੇਬੰਦੀਆਂ ਨੂੰ ਖੁੱਲੇ ਹੋ ਕੇ ਗੱਲ ਕਰਦੇ ਚੱਲਦੇ ਹਾਂ ਇਹ ਮੰਗ ਚੱਲਣ ਦੀ ਗੱਲ ਸੀ ਬਾਈ ਇਹ ਮੰਗ ਰਹੇ ਸੀ ਸਾਡੇ ਕੋਲ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਉਹ ਗਲਤ ਹੋ ਗਏ ਜਾਂ ਠੀਕ ਹੋ ਗਿਆ ਰਿੰਗ ਰੋਡ ਨਹੀਂ ਮਿਲੀ ਜਿੱਧਰ ਨੂੰ ਮਾਰਚ ਕੀਤਾ ਉਧਰ ਨੂੰ ਅਸੀਂ ਮਾਰਚ ਕੀਤਾ ਜਿੱਧਰ ਨੂੰ ਦਰਤਾਂ ਦੇ ਤੋੜੇ ਅਸੀਂ ਜਾਣ ਨੂੰ ਤਿਆਰ ਹੋਏ ਅਸੀਂ ਤੁਹਾਨੂੰ ਬਚਾਉਣ ਦੀ ਖਾਤਰ ਅਸੀਂ ਧੀਆਂ ਪੁੱਤਾਂ ਨੂੰ ਮਰਾਉਣ ਦੀ ਖਾਤਰ ਤਾਂ ਨਹੀਂ ਰਹਿੰਦੇ ਲੋਕ ਜੀ ਬਾਈ ਅਸੀਂ ਤੁਹਾਡਾ ਕਤਲ ਕਰਨ ਵਾਸਤੇ ਦਿੱਲੀ ਨਹੀਂ ਲੈ ਕੇ ਗਏ ਅਸੀਂ ਆਪਣੇ ਬੱਚਿਆਂ ਦੀ ਰੋਟੀ ਦੀ ਖਾਤਰ ਦਿੱਲੀ ਲੈ ਕੇ ਗਏ ਹਾਂ ਅਸੀਂ ਉਹ ਪਾਰਸੀਵਾਦੀ ਹਕੂਮਤ ਨੂੰ ਇਹ ਮੌਕਾ ਦੇ ਦਈਏ ਵੀ ਸਾਡੇ ਬੱਚਿਆਂ ਨੇ ਸਿੱਧੀਆਂ ਗੋਲੀਆਂ ਮਾਰ ਦੇ ਇਹਨਾਂ ਨੂੰ ਖਾਲਸਾ ਨਹੀਂ ਮਿਲਦੇ ਅੱਗੇ ਇਹਨਾਂ ਨੂੰ ਦੇ ਦੀਏ ਮੌਕਾ ਦਿੱਲੀ ਦੀ ਹਕੂਮਤ ਨੂੰ ਅਸੀਂ ਇਹ ਕਰ ਦਈਏ ਸੋ ਜੋ ਨੂੰ ਫੇਰ
ਕਿਸੇ ਸੜਕਾਂ ਤੇ ਭਰੂ ਪਾਉਣਾ ਤਾਂ ਭਰੂ ਨੂੰ ਚੰਗਾ ਲੱਗਦਾ ਹੈ, ਦਿੱਲੀ ਦੀ ਯੂਨਾਈਟਿਡ ਸਾਡੇ ਤੇ ਸੜਕਾ ਲਿਆਵੇ ਇਹ ਲੋਕਾਂ ਨੂੰ ਚੰਗਾ ਲੱਗਦਾ ਹੈ, ਲਾਲ ਕਿਲਾ ਢੰਗ ਕੇ ਲੋਕਾਂ ਨੂੰ ਚੰਗਾ ਲੱਗਦਾ ਹੈ। ਇਹ ਗੱਲਾਂ ਭਾਵਕ ਨੇ, ਇਸ ਬਾਤ ਗੱਲਾਂ ਨੇ, ਇਹ ਜਜ਼ਬਾਤੀ ਗੱਲਾਂ ਨੇ, ਇਹ ਧਰਮ ਦੇ ਤਰੀਕੇਕਾਰ ਨਹੀਂ ਹੈ ਦੋਸਤੋ। ਦਿੱਲੀ ਦੀਆਂ ਗੱਲਾਂ ਸਾਡਾ ਕੋਈ ਰੌਲਾ ਨਹੀਂ, ਦਿੱਲੀ ਦੇ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ, ਲਾਲ ਕਿਲੇ ਦੇ ਝੰਡਾ ਲਾਣ ਨਾਲ ਕਾਨੂੰਨ ਨੇ ਔਰ ਕੁੜਦੇ ਦੋਸਤੋ। ਇਹ ਲੜਾਈ ਹੈ, ਇਹ ਲੜਾਈ ਹੋਈ ਹੈ, ਇਹ ਫਿਰਕੂ ਹਕੂਮਤ ਨੂੰ ਬੜਾ ਮੌਕਾ ਮਿਲਿਆ। ਉਸੇ ਵੇਲੇ ਸਾਡੇ ਤੇ ਹਮਲੇ ਹੋਏ, ਉਸੇ ਵੇਲੇ ਸਾਡੇ ਤੇ ਅਟੈਕ ਹੋਏ, ਸਾਡੇ ਨੌਜਵਾਨਾਂ ਨੂੰ ਕਤਲਾਂ ਨੂੰ ਆਦਮੀ ਦੇ ਉੱਪਰ ਫੜ ਕੇ ਲਗੇ 30 ਬੰਦਿਆਂ ਨੂੰ, 40 ਬੰਦਿਆਂ ਨੂੰ ਕੁੱਟ ਕੁੱਟ ਕੇ ਜੇਲ੍ਹਾਂ ਚ ਬੰਦ ਕਰਤਾ। 27-26 ਦਿਨ ਨੂੰ ਕਤਲਾਂ ਵਾਪਰ ਲਿਆ, 27-28 ਮਰਜ਼ੀ 30 ਤੇ ਕਤਲੀ, 5 ਦਿਨ ਤੱਕ ਸਾਡੇ ਗੱਭਰੂਆਂ ਨੂੰ ਸਾਰੇ ਥਾਣੇ ਕੁੱਟਦੇ ਰਹੇ ਨੇ, ਚੱਕ ਕੇ ਲੈ ਗਏ ਨੇ, ਜਿਹੜੇ ਮਾੜਾ ਮੋਟਾ ਖਰਾਬ ਕਰਦੇ ਉਹਨਾਂ ਨੂੰ ਵੀ ਚੱਕ ਕੇ ਲੈ ਗਏ, ਤੇ 47-200 ਬੰਦਿਆਂ ਦੇ 300 ਬੰਦਿਆਂ ਦੇ ਪਰਚੇ ਦਰਜ ਕਰ ਦਿਓ। ਆਹ ਸਾਰੇ ਆਪਣੇ ਦੇ ਪਰਚੇ ਦਰਜ ਨੇ, ਆਹ 36 ਮਿਲੀਅਨ ਸਾਨੂੰ ਨਾਲ ਕਰਕੇ ਝੰਡਾ ਚੜ੍ਹਦੀ, ਤੇ ਆਹ ਕਹੇਗੀ ਠੀਕ ਹੈ ਗੱਲ, ਇਹ ਉਹਨਾਂ ਦਾ ਪਤਾ ਨਹੀਂ ਚੱਲਿਆ, ਤੁਸੀਂ ਪਤਾ ਫਿਰ ਪੜਦਾ ਗੱਲ ਠੀਕ ਹੈ। ਤਿਰੰਗੇ ਦੀ ਬੇਅਦਬੀ ਹੋ ਗਈ, ਉਹ ਕੋਈ ਬੇਅਦਬੀ ਤਿਰੰਗੇ ਦੀ ਨਹੀਂ ਹੋਈ, ਉਹ ਝੰਡਾ ਚੜ੍ਹਨਾ ਉੱਥੇ ਕੋਈ ਝੰਡੇ ਦੀ ਤਿਰੰਗੇ ਦੀ ਬੇਅਦਬੀ ਨਹੀਂ ਹੋਈ, ਉੱਥੇ ਕੋਈ ਇਹਦਾ ਵੀ ਨਹੀਂ ਹੈ ਕਿ ਉਹ ਦੇਸ਼ ਧੋਲਿਆ ਕੰਮ ਕੀਤਾ ਉਹਨਾਂ ਨੇ। ਉਹ ਠੀਕ ਹੈ, ਉਹਨਾਂ ਦੀ ਗਲਤੀ ਹੋਈ ਹੈ, ਉਹ ਨੌਜਵਾਨ ਹੈ ਨਾ ਪੰਜਾਬ ਦੇ, ਪਰ ਉਹ ਹਕੂਮਤ ਦੇ ਚੱਲਣ ਚਾਹੀਦੇ, ਉਹ ਹਕੂਮਤ ਦੇ ਕਹਿਣ ਮੁਤਾਬਕ ਚੱਲੇ। ਜਦੋਂ ਹਕੂਮਤ ਰਾਹ ਦੇ ਰਹੀ ਹੈ, ਜਦੋਂ ਪੁਲਿਸ ਨਾਕੇ ਲਾ ਕੇ ਸਾਨੂੰ ਸੜਕਾਂ ਵਾਲੇ ਪਾਸੇ ਰੋਕ ਰਹੀ ਹੈ, ਉਹਨਾਂ ਦੇ ਸਮਝ ਨਹੀਂ ਆਇਆ ਵੀ ਨਾਨਕੇ ਦੇ ਗੱਲ ਦਾ ਸੱਦੇ ਸੁਦੇ ਜਿੱਥੇ ਚੀਨੀ ਨਹੀਂ ਫਰਕ ਨਹੀਂ, ਉੱਥੇ ਸਾਨੂੰ ਜਾਣ ਦਾ ਕਿਵੇਂ ਮੌਕਾ ਮਿਲ ਗਿਆ, ਉੱਥੇ ਪੁਲਿਸ ਕਿਵੇਂ ਖੜੀ ਹੈ, ਫਿਰ ਝੰਡਾ ਚੜ੍ਹ ਰਿਹਾ। ਆਹ ਗੱਲਾਂ ਕਿਉਂ ਨਹੀਂ ਕਰਦੀਆਂ ਪਈਆਂ, ਇਹ ਗੱਲਾਂ ਕਿਉਂ? ਕਿਉਂਕਿ ਇਹ ਕਿਹਾ ਗਿਆ ਕਿ ਤੀਰ ਤਾਂ ਖਿੱਚੇ ਹੋਏ ਨੇ, ਇਹ ਤਾਂ ਮੌਤ ਮਾਰਦੇ ਨੇ, ਇਹ ਤਾਂ ਖਿੱਚੇ ਲਵੜੇ ਮਿਲਦੇ ਨੇ, ਇਹ ਲੜਨ ਵਾਲੀ ਸ਼ਕਤੀ ਨਹੀਂ। ਇਹ ਗੱਲ ਕੀ ਕਰ ਲਾਓ, ਅਸੀਂ ਜਿਵੇਂ ਹੱਥੇ ਸਾਲਾਂ ਦੇ ਹੋ ਗਏ, ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ, ਸਾਡੇ ਕੋਲ ਜੋਸ਼ ਨਹੀਂ, ਅਸੀਂ ਉਹ ਡਾਂਗ ਨਹੀਂ ਲੜ ਸਕਦੇ, ਅਸੀਂ ਉਸ ਤਰ੍ਹਾਂ ਲੜਾਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਲੜਦੇ ਹੋ। ਪਰ ਅਸੀਂ ਲੜਨਾ ਤਾਂ ਜਾਣਦੇ, ਅਸੀਂ ਮਰਨਾ ਵੀ ਜਾਣਦੇ, ਅਸੀਂ ਕੁਰਬਾਨ ਹੋਣਾ ਵੀ ਜਾਣਦੇ, ਸਾਨੂੰ ਸਾਰਾ ਕੁਝ ਆਉਂਦਾ ਹੈ, ਪਰ ਫਿਰ ਵੀ ਅਸੀਂ ਇਹ 27-26 ਦੀ ਘਟਨਾ ਨੂੰ ਦੋ ਤਰੰਗਾਂ ਦੇ ਵਿੱਚ ਮਾਰ ਲਿਆ। ਤੁਹਾਨੂੰ ਵੀ ਪਤਾ ਲੱਗਿਆ ਕਿ 26-26 ਦੀ ਘਟਨਾ ਦੇ ਨਾਲ ਹੋਇਆ ਕੀ? ਹਰਿਆਣੇ ਦੇ ਕਿਸਾਨਾਂ ਦੇ ਵਿੱਚ ਰੋਸ ਆ ਗਿਆ, ਹਜ਼ਾਰਾਂ ਮੁੜ ਗਿਆ। ਅੱਛਾ ਵੀ ਤੁਸੀਂ ਇਹ ਕੰਮ ਕਰਨ ਆਏ ਸੀ ਇੱਥੇ, ਆਹੀ ਕੰਮ ਸੀ ਤੁਹਾਡਾ ਵੀ ਤੁਸੀਂ ਕਾਰਸਾਂ ਦਾ ਝੰਡਾ ਚੜ੍ਹ ਕਰਕੇ ਆਉਣਾ ਸੀ, ਤੁਹਾਡੇ ਕੋਲ ਟੂਣਾ ਮਿਲਾਣਾ ਦੀ ਗੱਲ ਨਹੀਂ ਹੈ। ਬਹੁਤ ਗੁੱਸੇ, ਬਹੁਤ ਮੁੜੇ, ਬਹੁਤ ਤਾਨੇ ਮਿਹਣੇ ਮੁੜੇ, ਯੂਪੀ ਵਾਲਿਆਂ ਦੇ ਵਿੱਚ ਰੋਸ ਸੀ, ਪਰ ਦੋ ਦਿਨਾਂ ਦੇ ਵਿੱਚ ਇਹ ਸਾਰੀ ਗੱਲ ਨੱਚੀ ਹੋ ਗਈ। ਯੂਪੀ ਵਾਲਿਆਂ ਨੂੰ ਪਤਾ ਲੱਗ ਗਿਆ, ਹਰਿਆਣੇ ਵਾਲਿਆਂ ਨੂੰ ਪਤਾ ਲੱਗ ਗਿਆ, ਦੋ ਦਿਨਾਂ ਦੇ ਵਿੱਚ ਸਾਰੀ ਦੇ ਸਾਰੀ ਘਟਨਾ ਵਾਪਸ ਹੋਣੀ ਪਿੱਛੇ ਆ ਗਈ। ਬੀਜੇਪੀ ਦਾ ਪੱਤਾ ਕੁੱਟਦਾ ਤੁਸੀਂ, ਇਹ ਫਿਰਕੂ ਪੱਤਾ ਕੁੱਟਣਾ ਪਾਉਂਦਾ ਸੀ, ਇਹਦੀ ਖਾਤਰ ਆਪਾਂ ਨੇ ਉਹ ਭੋਲ ਨੂੰ ਨੋਸੇ ਲਈ ਕੇ ਫੇਰ ਲਿਆਂਦਾ। ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਉਹਦੀ ਲੀਗਲ ਕਮੇਟੀ ਬਣਾ ਕੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਲਾਉਣ ਦਾ ਫੈਸਲਾ ਕਰ ਲਿਆ। ਉਹਨਾਂ ਦੀਆਂ ਲਿਸਟਾਂ ਮਿਲ ਗਈਆਂ, ਵਕੀਲਾਂ ਦੀ ਡਿਊਟੀ ਲੱਗ ਗਈ, ਉਹ ਸਾਰਾ ਕੁਝ ਵੀ ਕਰ ਰਿਹਾ, ਕਿੰਨੇ ਵੱਡੇ ਛੁਡਾਏ ਹੋਏ। ਪਰ ਹੋਇਆ ਕੀ? ਉਹ ਫਿਰਕੂ ਪੱਤਾ ਚੱਲ ਰਿਹਾ। ਬੀਜੇਪੀ ਚਾਹੁੰਦੀ ਕੀ? ਬੀਜੇਪੀ ਚਾਹੁੰਦੀ ਸੀ ਕਿ ਮੈਂ ਖਾਲਿਸਤਾਨ ਨੇ ਕਿਹਾ ਸੀ ਇਹਨਾਂ ਨੂੰ, ਇਹ ਖਾਲਿਸਤਾਨੀ ਸਾਫ ਕਰੋ, ਮੈਂ ਨਕਸਲਵਾਦੀ ਕਿਹਾ ਸੀ ਇਹਨੂੰ, ਇਹ ਨਕਸਲਵਾਦੀ ਸਾਫ ਕਰੋਗੇ। ਇਹ ਕਾਨੂੰਨਾਂ ਦੀ ਗੱਲ ਨਹੀਂ ਆਏ, ਇਹ ਤਾਂ ਖੁਦ ਨੂੰ ਬਚਾਉਣ ਆਏ ਨੇ, ਇਹ ਤਾਂ ਹਿੰਸਾ ਕਰਨ ਆਏ ਨੇ। ਤੁਸੀਂ ਕਹਿੰਦੇ ਸੀ ਜੇ ਹਿੰਸਕ ਨਹੀਂ ਇਹ, ਇਹ ਸ਼ਾਂਤਮਈ ਪ੍ਰੋਗਰਾਮ ਕਰਨ ਆਏ ਨੇ, ਪਰ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਰੀ ਪ੍ਰਾਹੁਣ ਟੁੱਟੀ ਗਈ। ਇਹ ਬਿਲਕੁਲ ਪਤਾ ਪਾਉਣ ਨਾਲ ਫਿਰ ਦੂਜੀ ਗੱਲ ਇਹ ਹੈ ਕਿ ਅਸੀਂ ਆਪਣੀ ਗੱਲ ਦੋ ਦਿਨਾਂ ਦੇ ਵਿੱਚ ਸਾਫ ਕਰਕੇ ਅਸੀਂ ਪੰਜਾਬ ਦੀ ਲੋਕਾਂ ਨੂੰ ਕਿ ਇਹ ਲੜਾਈ ਕਿਸੇ ਧਰਮ ਦੀ ਨਹੀਂ ਹੈ, ਇਹ ਲੜਾਈ ਕਿਸੇ ਇੱਕ ਜਾਤ ਦੀ ਲੜਾਈ ਨਹੀਂ ਹੈ, ਇਹ ਧਰਮ ਨਿਰਪੱਖ ਲੋਕਾਂ ਦੀ ਲੜਾਈ ਹੈ, ਇਹ ਕਿੱਤੇ ਦੀ ਲੜਾਈ ਹੈ, ਇਹ ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਹੈ, ਇਹ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਹੈ, ਇਹ ਕਾਨੂੰਨ ਦੀ ਲੜਾਈ ਹੈ, ਇਹ ਕਾਨੂੰਨਾਂ ਦੇ ਖਿਲਾਫ ਕੀਤੀ ਹੋਈ ਲੜਾਈ ਹੈ। ਇਸ ਕਰਕੇ ਇਹਨੂੰ ਧਰਮ ਦੀ ਲੱਗ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ, ਸੰਸਥਾ ਨਾਲ ਹੈ, ਇਹ ਡਬਲਯੂ ਮੀਡੀਆ ਨਿਊਜ਼ ਨਾਲ
लोगों की लड़ाई नहीं है, हाकिमों की लड़ाई नहीं है, इमली जाने की लड़ाई भी नहीं है। देश के पास सरकार या नीतियां मुंह बोलने, देश के पास सरकार या नीतियां मुंह पीछे बोलने का तो कभी मोदी जी भाग रोड तो नहीं करना। मोदी जी ना देना यदि ताकि दूजा मुल्का देखने पड़े तो नहीं है। और साम्राज्य मुल्क ये मोदी सरकार की भाग रोड ने जिन्हें 1905 में तुमने से मारा हूं शायद करके मजबूर किया है वो खेली भी काम करनी चाहिए है। बारे बारे गाइए पार को सुने ओ बारे बारे गाइए पार बारे सरदारों ओ बारे बारे गाइए मेरे बसंती दुनिया वाली ओ कह दो तुम ने तक प्रदेशा के लिए नहीं पा दी प्रदेशा ने बिच बजारे हो गए साम्राज्य मुल्क आज बजारे हो गए कनेडा की पार्लियामेंट में गला से लड़ा दिया अमेरिका की पार्लियामेंट में मेरी पार्लियामेंट में गला से लड़ा छोटे संघर्ष में बहुत दूर तक अपनी गल बचा दी। इस करके मेरे दोस्तों इन्हें चुनाव में जिसे गल कह रहे हैं मोदी साहब मोदी के तुम कहते हैं अरे भाई हमें जे तो बता दो इन कानूनों में काला क्या है और पढ़िया जहान दिया एदा सारे ने सारे पाले ने इन्होंने ऐदा दस ने भी जो कि चिट्टा किया चिट्टी बुटी ये सारा काले का कारण अज का बयान है मोदी का कहना कानून बहुत अच्छे ने मैं लोगों के फायदे कर रहा पर लोग गुमराह हुए हुए हैं आ जरा लखा का कंध रखा है यह भावे गुमराह आया हुआ है इनू गुमराह करके लिया क्योंकि असं पेंशन बढ़िया ने क्योंकि असं नौकरियां बढ़िया ने क्योंकि स्टेजा तो थोड़े का वादा करना कि जो साड़ी सतह से आ गए करना माफ कर देंगे कि यह जो कुछ करके नहीं सुनिया लगा आ गला करके तो नहीं सुनने का अब तक तुम इस गल करके लगा कि लड़ाई का मैदान लगा हुआ है दिल्ली का मोर्चा लग्या हुआ है हाड़ी जी लुत आ रही है मोर्चा लगना शुरूगा सरकार अड़ी हुई है पहलवान से क्या होया है पहलवान चेक करना बस या थोड़ी जी दस भी बोल दो पहला भाई मैं सुनना खुश रहा हूं आप जब पहली बार ये लोग छोड़े आप सब पूछा सी ना भी हंकारे हुए पहलवान के नाल टक्कर है उस पहलवान नाल टक्कर है जिना कोई सानी नहीं जिना कहा जाता है कि मोदी है तो मुमकिन है 56 इंच की छाती वाले ने जो फैसला करता वो वापस नहीं होगा पर जो मथा लगे मथा पंजाबियों नाल मथा पवन सेना नाल मथा उस पंजाब के पहलवान ना गया जिन्हें खाने फिरते पहलवान की घोड़ी का कन्याला हाथ से फड़ के चैलेंज किया उत्तर पंजाब पहलवान देखा मैं तेरे नाल दो हाथ उस दिन का फैसला किया फिर मोदी चक गया आप की दूरी है बात करने दो मिनट की दूरी आज किले होगी ना नोटबंदी में हुई ना जीएसटी में हुई ना एनसीआर में हुई ना धारा 370 लाई है उदू हुई ना जब 3 लाखों का कानून पास किया उदू अज फिर क्यों होगी भाई 2 मिनट की दूरी से गलबात अज 2 मिनट की दूरी से गलबात किने करवा आसरा वाले खुशी ने करवाई है भाई अड़खा वाले खुशी ने दुनिया के बच्चों का आयुर्वेदा करती पछता रहा मोदी पछता रहा तो राज्यवाल साहब को कह रहा है कि राज्यवाल साहब इसमें इतनी अमेंडमेंट करवा दो कि जे कानून काम ही न रहे दूजी गल की कह रहे हैं कहना रपीन का शब्द कर दो रब
ਅੱਜ ਨੇ ਕਹਿੰਦੇ ਬਾਈ ਇਹ ਤੇਰੇ ਕਾਨੂੰਨ ਕੰਮ ਦੇ ਨਹੀਂ, ਇਹਨਾਂ ਨੂੰ ਚੁੱਲ੍ਹੇ ਤੇ ਡਾਲ ਦੇ। ਹੁਣ ਤਾਂ ਨਹੀਂ ਰੱਖਦੇ, ਰੱਜ ਤਾਂ ਨਹੀਂ ਕਿਹਾ। ਇਸ ਕਰਕੇ ਜਿਹੜੀ ਇਹ ਸਰਕਾਰ ਹੈ, ਇਹ ਸਰਕਾਰ ਬਹੁਤ ਕਾਮਯਾਬ ਹੈ, ਇਹ ਬਹੁਤ ਖਰਾਬ ਹੈ। ਤੁਹਾਡੇ ਚ ਗੱਲਾਂ ਚੱਲਦੀਆਂ ਨੇ, ਅਕਸਰ ਮੇਰੀ ਅੱਖਾਂ ਦੀ ਗਲਤੀ ਕੀਤੀ ਆ ਭਰਾ, ਤੁਹਾਡੇ ਚ ਗੱਲਾਂ ਚੱਲਦੀਆਂ ਨੇ ਕਿ ਜਥੇਬੰਦੀਆਂ ਪਾਠ ਗਈਆਂ, ਜਥੇਬੰਦੀਆਂ ਖਿੰਡ ਗਈਆਂ, ਤੁਹਾਡੇ ਕੁੰਡੇ ਤਾਂ ਟੁੱਟ ਗਿਆ, ਫਲਾਣਾ ਨੇ ਕਹਿੰਦਾ ਚਮਕਾਉਣਾ ਹੈ। ਆਹ ਸਾਰੀਆਂ ਜਥੇਬੰਦੀਆਂ ਤੁਹਾਡੇ ਸਾਹਮਣੇ ਵਿੱਚ, ਆਹ ਸਾਰਾ ਸੂਰਜ ਕੁਮੋਰ ਦਾ ਤੁਹਾਡੇ ਸਾਹਮਣੇ, ਸਾਰਾ ਪੰਜਾਬ ਵਿੱਚ ਟੁੱਟ ਹੈ। ਅਸੀਂ 40-45 ਜਥੇਬੰਦੀਆਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਕੱਢੋ ਅੱਡਾ, ਇਹਦੇ ਚ ਕੋਈ ਰੌਲਾ ਨਹੀਂ। ਅਸੀਂ ਅੱਜ ਵੀ ਅੱਡਾ ਤੇ ਖਾਣ ਲੱਗੇ, ਪਰ ਅਸੀਂ ਕਾਨੂੰਨਾਂ ਦੇ ਬਸ ਨੇ ਦੇਖਾ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਭਰਾਓ, ਜਿਹੜੇ ਦੋ ਸਕੇ ਭਰਾ ਨੇ, ਜੇ ਉਹ ਆਪ ਕਿਤੇ ਬੋਲਦੇ ਨਾ ਹੋਣ, ਘਰ ਦਾ ਘਰ ਨਾ ਹੋਵੇ, ਜ਼ਮੀਨ ਦਾ ਨਾ ਹੋਵੇ, ਉਹ ਇਕੱਠੇ ਕਦੇ ਹੁੰਦੇ ਹੁੰਦੇ ਨੇ। ਜਦੋਂ ਦੂਜੇ ਸਕੇ ਭਰਾ ਕੇ ਦੁਸ਼ਮਣ ਹਮਲਾ ਕਰਦੇ, ਉਹ ਨਹੀਂ ਦੇਖਦੇ ਕਿਸੇ ਦਾ ਜ਼ਮੀਨ ਦਾ ਰੋਲ। ਅਸੀਂ ਇਹ ਕਰਕੇ ਇਕੱਠੇ ਆ ਕਿ ਸਾਡੇ ਬੱਚਿਆਂ ਦੀ ਰਾਜੀ ਰਾਜੀ ਵੀ ਰੋਟੀ ਜਾਂਦੀ ਹੈ, ਗੁਰੂ ਗੁਰੂ ਵੀ ਜਾਂਦੇ, ਕਲਵਾਰ ਕੁੰਡੇ ਵੀ ਜਾਂਦੇ, ਤੇ ਮੇਰੀ ਸਾਡੇ ਬੱਚਿਆਂ ਦੀ ਰੋਟੀ ਦਾ ਸਵਾਲ, ਸਾਡੇ ਕੁੰਡੇ ਖੁਦਾ ਸਵਾਲ, ਸਾਡੀ ਖੁਰਾਕ ਦਾ ਸਵਾਲ ਹੈ। ਅਸੀਂ ਜਥੇਬੰਦੀਆਂ ਦਾ ਕੱਢ ਹੋਈਏ, ਸਾਰੀਆਂ ਦੀਆਂ ਸਾਰੀਆਂ ਜਥੇਬੰਦੀਆਂ ਕੱਢੀਆਂ ਪੰਜਾਬ ਦੀਆਂ, ਹਿੰਦੁਸਤਾਨ ਦੀਆਂ ਜਥੇਬੰਦੀਆਂ ਇਸ ਗੱਲ ਤੇ ਇੱਕ ਮੁੱਖ ਤੇ ਇੱਕ ਜੁੱਟ ਕੇ ਕਿ ਕਾਨੂੰਨ ਰੱਦ ਕਰਾਉਣ ਤੱਕ ਡਰਦੇ ਰਹੋ। ਇਹਦੇ ਕੋਈ ਝੂਠ ਕੋਈ ਵਖੇਵਾ ਨਹੀਂ। ਹਾਂ ਇਹ ਗੱਲ ਕਹੀ ਜਾ ਰਹੀ ਹੈ, ਇੱਕ ਜੀਓ ਕਹਿਣ ਦਾ ਇਹਨਾਂ ਨੇ ਫੜਿਆ ਕਿਸੇ ਬੰਦਾ, ਉਹਨੇ ਜਾ ਕੇ ਇੱਕ ਦਿਨ ਖਾਧੀ ਪੰਡਾਲ, ਪੰਡਾਲ ਦੇ ਫੋਟੋ ਲੈ ਲਈ, ਕਹਿੰਦਾ ਆਹ ਦੇਖੋ ਜੀ ਜਥੇਬੰਦੀਆਂ ਦਾ ਹਾਜਾ ਹਾਲ ਹੈ, ਆਹ ਮਾੜਾ ਹਾਲ ਹੈ, ਪੰਡਾਲ ਦੇ ਵਿੱਚ ਕੋਈ ਬੰਦਾ ਨਹੀਂ ਰਿਹਾ। ਉਹ ਫੋਟੋ ਵਾਇਰਲ ਕਰ ਰਿਹਾ ਉਹ, ਤੇ ਕਹਿੰਦੇ ਵੀ ਇੰਨਾ ਮਾੜਾ ਹਾਲ ਹੈ ਸਿੰਘੂ ਪਾਰਟੀ ਤੇ, ਨਾ ਕਹਿੰਦੇ ਵੀ ਉਹਦੇ ਨਾਲ ਕੋਈ ਬੰਦਾ ਹੀ ਨਹੀਂ ਰਿਹਾ, ਆਹ ਤਾਂ ਇਕੱਠੀ ਤੁਰ ਗਿਆ। ਜਿੱਥੇ ਤਾਲੀਆਂ ਖੜੀਆਂ ਸੀ 2 ਚਾਰ ਵਜੇ ਦੀਆਂ, ਪਹਿਲਾਂ ਇੱਧਰ ਉੱਧਰ ਪਾਰਟੀਆਂ, ਉਹ ਤਾਲੀਆਂ ਦੀਆਂ ਫੋਟੋ ਲੈ ਲਈਆਂ। ਉਦੋਂ ਬਾਅਦ ਅਸੀਂ ਸਿੰਘੂ ਪਾਰਟੀ ਗਏ ਇੱਕ ਮੀਟਿੰਗ ਵਾਸਤੇ, ਜਦੋਂ ਅਸੀਂ ਇਕੱਠ ਦਾ ਕਾਫਲਾ ਦੇਖਿਆ, ਉਹ ਕਾਫਲਾ ਤਾਂ ਉਦੋਂ ਹੀ ਵਧਿਆ ਹੋਇਆ ਸੀ ਕਿਤੇ ਸ਼ਿਦਤਾਂ ਦਿੱਤੀ, ਯਾਨੀ ਉਹ ਇੰਨੀ ਤੈਰਾਕੀ ਕਰ ਰਹੇ ਨੇ। ਜੇ ਕੋਈ ਭਲਾ ਆਪਣੇ ਨਾਮ ਤੋਂ ਬਾਅਦ ਆਹ ਬਰਨਾਲੇ ਦੇ ਪੰਡਾਲ ਦੀ ਫੋਟੋ ਲੈ ਕੇ ਵਾਇਰਲ ਕਰਦੇ ਕਿ ਬਰਨਾਲੇ ਦੇ ਕੱਟ ਦਾ ਜਲੂਸ ਨਿਕਲ ਕੇ ਸਾਰਾ ਪੰਡਾਲ ਖਾਲੀ ਪਿਆ, ਤੁਸੀਂ ਜਿਹੜੇ ਦੇਖ ਕੇ ਗਾਉਣੇ ਫਤਮਾ ਲਓ ਨਹੀਂ ਨਾ ਮੰਨਦੇ। ਆਹ ਜਿਹੜੇ ਲੋਕ ਉੱਥੇ ਰੋਲਨ ਚਲਾ ਰਹੇ ਨੇ, ਇਹਨਾਂ ਨੂੰ ਪਤਾ ਹੀ ਲੱਗਿਆ ਵੀ ਸਾਡੇ ਸਿੰਘੂ ਪਾਟਲਾ ਨੇ ਸਾਰੇ ਸਾਡੀ ਬਾਤ ਮੰਨ ਕੇ ਇੱਥੇ ਕਦੇ ਰਹੇ ਨੇ। ਹਾਂ ਇਹ ਗੱਲ ਠੀਕ ਹੈ, ਜਿੱਥੇ ਸਾਡਾ ਇਕੱਠ ਘੱਟ ਗਿਆ, ਜਿੱਥੇ ਮੋਰਚੇ ਦੇ ਵਿੱਚ ਕੋਈ ਕਮਜ਼ੋਰੀ ਆ ਗਈ, ਜਿੱਥੇ ਮੋਰਚੇ ਦੇ ਵਿੱਚ ਕੋਈ ਕਮੀ ਪੇਸ਼ੀ ਆ, ਜਿੱਥੇ ਰਾਸ਼ਨ ਰੂਸ਼ਨ ਦੀ ਸਪਲਾਈ ਤੁਹਾਡੀ ਘੱਟ ਗਈ, ਜਿੱਥੇ ਤੁਹਾਡੀ ਸਮਰੱਥਾ ਸਾਡੇ ਅੰਦੋਲਨ ਦੀ ਹਮਾਇਤ ਕਰਨ ਦੀ ਸਮਰੱਥਾ ਤੁਹਾਡੀ ਘੱਟ ਗਈ, ਅਸੀਂ ਕੋਈ ਨਹੀਂ ਰਹੇ ਤੁਹਾਡੇ ਪਰਿਵਾਰਾਂ ਦੇ ਮਿੱਤਰੋ। ਆਏ ਕਹਾਂਗੇ ਵੀ ਝੋਲੀਆਂ ਖਾਲੀ ਨੇ, ਫੰਡ ਮੁੱਕ ਗਿਆ, ਪਾਣੀ ਨਹੀਂ ਹੈਗਾ, ਰਾਸ਼ਨ ਨਹੀਂ, ਮੱਛਰ ਸਾਡਾ ਬਿਮਾਰ ਆ, ਕੱਪੜੇ ਕੁੱਪੜੇ ਹੈ ਨਹੀਂ ਬਾਈ, ਸਾਡੀ ਫਸਲ ਵੀ ਖਰਾਬ ਹੋ ਗਈ। ਉਹ ਸਾਨੂੰ ਸਰ ਪਾਓ, ਤੁਸੀਂ ਸਾਡੀਆਂ ਝੋਲੀਆਂ ਭਰ ਦੋਗੇ, ਝੋਲੀਆਂ ਕਹਿੰਦੇ ਨੇ ਇੱਕ ਦਿਨ ਮੈਂ ਕੱਲ ਚੰਡੀਗੜ੍ਹ ਬੋਲ ਕੇ ਆਇਆ, ਕਹਿ ਰਹੇ ਨੇ ਕਹਿੰਦੇ ਚੰਡੀਗੜ੍ਹ ਬੋਲ ਕੇ ਆਇਆ। ਇੱਕ ਚਾਈਨਾ ਵਾਲਾ ਮੈਨੂੰ ਸਵਾਲ ਕਰਦਾ, ਕਹਿੰਦਾ ਅਬਰਾਹਾ ਸਾਹਿਬ ਤੁਸੀਂ ਚੰਡੀਗੜ੍ਹ ਦੀ ਸਟੇਜ ਤੋਂ ਬੋਲਿਓ ਕਿ ਆਹ ਬੈਠਾ ਲੁੱਟੂ, ਇਹਨੂੰ ਹੱਥ ਲਾ ਕੇ ਦਿਖਾਓ, ਤੁਸੀਂ ਤਾਂ ਜਿਵੇਂ ਵੀ ਕਸੂਰ ਜਾਰਜ ਕੀਤਾ। ਮੈਂ ਤਾਂ ਅਸਲੀ ਕਹਿੰਦਾ ਵੀ ਆਹ ਬੈਠਾ ਲੁੱਟੂ, ਹੱਥ ਲਾ ਦਿੱਤਾ ਇਹ ਵਾਰੀ ਮੈਂ ਕਿਹੜੇ ਸੱਚੇ ਬੋਲੋ ਨਾ, ਇਹ ਕਿਹੜੀ ਤਰ੍ਹਾਂ ਦੇ ਸੱਚੇ ਬੋਲੋ ਨਾ, ਮੈਂ ਮੈਂਬਰਾਂ ਨਾ ਪੰਚਾਇਤ ਮੈਂਬਰਾਂ ਨਾ ਮੈਂ ਸਰਕਾਰ ਦਾ ਕੋਈ ਤਾਕਤਾਂ ਨਾ ਮੈਂ ਕੋਈ ਸਾਥ ਸਾਂ, ਇਹ ਤੁਹਾਡੇ ਸੱਚੇ। ਜਿਵੇਂ ਅਜੇਵਾਲ ਸਾਹਿਬ ਨੇ ਕਿਹਾ ਕਿ ਤੁਹਾਨੂੰ ਕੋਈ ਨੋਟਸ ਪਾ ਲਿਆ ਕਿਸੇ ਨੂੰ ਵੀ, ਉਹਦੀ ਚੁੱਲ੍ਹੇ 'ਚ ਪਾ ਲਓ, ਨੋਟਸ ਚੁੱਲ੍ਹੇ 'ਚ ਪਾ ਲਿਓ। ਦਿੱਲੀ ਦੀ ਪੁਲਿਸ ਨੇ ਤੁਹਾਡੇ ਪਿੰਡ ਦੀ ਸਾਥੀ ਜਵਾਈ ਦੇ ਉਹਨੂੰ ਜਗਿੰਦਰ ਅਬਰਾਹਾ ਕਹਿ ਕੇ ਨੰਬਰ ਆਇਓ, ਐਲਾਨ ਕਰ ਦਿਓ ਕਿ ਜੇ ਕੋਈ ਵੀ ਪੁਲਿਸ ਪੰਜਾਬ ਦੀ ਹੋਵੇ ਚਾਹੇ ਦਿੱਲੀ ਦੀ ਹੋਵੇ, ਸਾਡੇ ਪਿੰਡ 'ਚ ਨਹੀਂ ਬਣਦੀ ਪੈਣੀ।
ਨਾਲ ਬੈਠੇ ਹੋਏ ਚਨਾਲ ਭਰਾ ਬੈਠੇ ਹੋਏ ਮੇਰੇ ਨਾਲ 2006 ਦੀ ਯਾਦ ਹੈ ਮੇਰੇ ਮਾਰਕ ਦੀ ਮਾਰਕ ਵੀ ਦਿੱਲੀ ਕਰ ਲਿਆ ਲੈ 6 ਮਾਰਕ ਨਰਬਰ ਸੀ 2006 ਦੇ ਵਿੱਚ ਮੇਰੇ ਘਰੇ ਛਾਪਾ ਪੈ ਗਿਆ ਪੁੱਛ ਲੈ ਕਿਹੜਾ ਪਾਪੇ ਫੜ ਲਿਆ ਪਰ ਜਦੋਂ ਮੈਂ ਪਿੰਡ ਤੋਂ ਬਾਹਰ ਨਿਕਲਿਆ ਪਿੰਡ ਦੇ ਵਿੱਚ ਨਹੀਂ ਗਿਆ ਮੈਨੂੰ ਗੁਰਦੁਆਰੇ ਮੱਥਾ ਟੇਕਣ ਰੋਕ ਲੈ ਕੇ ਗਏ ਤੇ ਗੁਰਦੁਆਰੇ ਵਿੱਚ ਪੁਲਿਸ ਨਹੀਂ ਮਰ ਦਿੱਤੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਨੇ ਮੈਨੂੰ ਬਾਹਰ ਕਰਤਾ ਤੇ ਮੈਨੂੰ ਪੁਲਿਸ ਨੂੰ ਬੱਤਰੀ ਪੜ ਗਿਆ ਸੁਣ ਕਿਹੜਾ ਮਾਈਆ ਦਾ ਲੈ ਕਿਹੜਾ ਮਾਈਆ ਦਾ ਲੈ ਤੁਸੀਂ ਦੇਖੋ ਇਸ ਕਰਕੇ ਅਸੀਂ ਇਹ ਨਹੀਂ ਵੀ ਅਸੀਂ ਤੇ ਫੁੱਲ ਰਹੇ ਹਾਂ ਅਸੀਂ ਕੋਈ ਬਦਮਾਸ਼ ਹਾਂ ਅਸੀਂ ਕੋਈ ਡਾਕਟਰ ਮਾਰਿਆ ਹੈ ਆ ਰਾਜੇਵਾਲ ਸਾਹਿਬ ਦੀ ਉਮਰ ਕਰੀ ਦੇਖੋ ਬਈ ਤੇ ਡਾਕਟਰ ਦਾ ਪਤਾ ਪਿਆ ਇਹ ਡਾਕੇ ਮਾਰਨ ਵਾਲਾ ਮਾਰਾ ਇਹ ਡਾਕੇ ਮਾਰਨ ਲੋਕੇ ਆਹੀ ਉਮਰ ਨਹੀਂ ਮੈਂ ਵੀ ਡਾਕੇ ਮਾਰਨ ਇਸ ਤਰ੍ਹਾਂ ਨੇ ਇਸ ਝੂਠੀ ਤੇ ਬਰੈਂਡੀ ਹਕੂਮਤ ਹੈ ਇਹ ਹਕੂਮਤ ਫਿਰ ਤਾਂ ਦਸਬਾ ਸ਼ਿਵਾ ਦੀ ਹਕੂਮਤ ਹੈ ਇਹਦੇ ਕਰਤਾਰ ਬਹੁਤ ਮਾੜਾ ਹੈ ਇਹਨੂੰ ਅੱਜ ਤੱਕ ਕੋਈ ਟੱਕਰਿਆ ਨਹੀਂ ਸੀ ਇਸ ਕਰਕੇ ਤੁਸੀਂ ਟੱਕਰ ਤੁਸੀਂ ਟੱਕਰ ਦਿੱਤੀ ਹੈ ਬਹੁਤ ਵਧੀਆ ਤੁਹਾਡੇ ਬਾਰੇ ਬਾਰੇ ਜਾਈਏ ਜਾਈਏ ਸੁਣਾ ਤੁਹਾਨੂੰ ਸਲਾਮ ਇਸ ਗੱਲ ਦੀ ਤੁਹਾਨੂੰ ਸਲਾਮ ਇਸ ਗੱਲ ਦੀ ਵੀ ਹੈ ਉਹ ਤੁਹਾਡੇ ਵਿੱਚ ਜੂਠ ਬੈਠਾ ਬਹੁਤ ਸਾਰਾ ਜੂਠ ਮੈਂ ਹੈਰਾਨ ਹਾਂ ਮੈਂ ਹਰੇਕ ਸਟੇਟ ਤੇ ਬੋਲਦਾ ਹਾਂ ਇੱਕ ਦਿਨ ਰਾਤ ਨੂੰ ਬੇਕਰੀ ਦੇ ਵਿੱਚ ਅੱਜ ਰਾਤ ਨੂੰ ਦੌਰਾ ਕੀਤਾ ਮੈਂ ਨਾਲ ਮੇਰੇ ਮੈਨੂੰ ਚੰਗਾ ਸੀ ਮੈਂ ਇਹਨੂੰ ਕਿਹਾ ਵੀ ਅੱਜ ਆਪਾਂ ਬੰਦੇ ਦੇਖ ਰਹੇ ਨੇ ਕਿ ਦਾਰੂ ਵਾਲੇ ਕਿੰਨੇ ਜੈਕਾਂ ਕਿੰਨੇ ਬਣਾਉਂਦੇ ਨੇ ਭੰਗੜੇ ਕਿੰਨੇ ਪਾਉਂਦੇ ਫਿਰਦੇ ਨੇ ਦੇਖ ਰਹੇ ਤੇ ਮਾਨਾਂ ਨੂੰ ਪੁੱਛ ਰਿਹਾ ਵੀ ਤੁਹਾਨੂੰ ਦਾਰੂ ਵਾਲਾ ਕਿੱਦਾਂ ਵਿਕਾ ਨਹੀਂ ਕਰਦਾ ਜਦੋਂ ਅਸੀਂ ਪੰਡਾਲ ਦੇ ਰੋਡੇ ਨਹੀਂ ਲੰਘੇ ਆ ਸਾਨੂੰ ਜਿੰਨੇ ਨਾਲ ਮਨ ਗੱਭ ਨੂੰ ਮਿਲੇ ਬਾਈ ਕਿਉਂ ਦੀ ਦਰ ਕੀਤੀ ਮੇਰੀ ਉਮਰ ਦਾ ਦਾਦਾ ਜੀ ਵੀ ਦਾ ਸੀ ਟੈਕ ਲੈ ਇੱਕ ਭਾਈ ਵੀ ਨਹੀਂ ਮੇਰੀ ਉਮਰ ਵਾਲੇ ਦਾ ਕੀਤੇ ਸੀ ਉਹਨਾਂ ਦੀਆਂ ਪੁਰਾਣੀਆਂ ਅੱਖਾਂ ਦੇ ਪਰ ਖੁਸ਼ੀ ਇਹ ਹੋਈ ਵੀ ਸਾਨੂੰ ਪੰਜਾਬ ਦੇ ਵਿੱਚ ਕੋਈ ਬੱਚਾ ਮੁੰਡਾ ਦਾਰੂ ਵਾਲਾ ਨਹੀਂ ਮਿਲਿਆ ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ 3 ਮਹੀਨਿਆਂ ਦੇ ਵਿੱਚ ਅਸੀਂ ਕ੍ਰੈਸ਼ ਦੀ ਕੋਈ ਪਾਲੀ ਫੋਟੋ ਤੇ ਪਈ ਨਹੀਂ ਦੇਖੀ ਅਸੀਂ 3 ਮਹੀਨਿਆਂ ਦੇ ਵਿੱਚ ਕੋਈ ਚਿੱਟੀ ਵਾਲਾ ਮੁੰਡਾ ਨਸ਼ਿਆਂ ਦੇ ਜਾ ਪਿਆ ਨਹੀਂ ਦੇਖਿਆ ਅਸੀਂ 3 ਮਹੀਨਿਆਂ ਦੇ ਵਿੱਚ ਸਾਡੇ ਕੋਲ ਇੱਕ ਵੀ ਨਹੀਂ ਜਾਣੀ ਆਈ ਕਿ ਉਹ ਮੁੰਡਾ ਨਸ਼ਾ ਕਰਕੇ ਸਮਾਇਤ ਸੀ ਕਿ ਟਿੱਕਾ ਮੱਛੀ ਸ਼ੁਰੂ ਹੋ ਗਿਆ ਪਰ ਅਫਸੋਸ ਸਾਨੂੰ ਉਦੋਂ ਹੁੰਦਾ ਜਦੋਂ ਸਾਡੇ 200 ਬੰਦੇ ਸ਼ਹੀਦ ਹੋ ਗਏ ਸਾਡੇ 200 ਬੰਦਿਆਂ ਦੇ ਵਿੱਚ ਸ਼ਹੀਦ ਹੁੰਦਾ ਇੱਕ 17 ਸਾਲ ਦਾ ਮੁੰਡਾ ਚਾਹ ਕੇ ਪਰਮਾ ਮੁੰਡਾ ਸ਼ਹੀਦ ਹੁੰਦਾ ਚਲਾਉਂਦਾ ਉਹ ਸ਼ਹੀਦ ਹੁੰਦਾ ਜਦੋਂ ਆਮ ਮਾੜੀ ਸਰਕਾਰ ਦੇ ਮੂੰਹ ਤੋਂ ਇੱਕ ਦਿਨ ਵੀ ਨਿਕਲਿਆ ਹੋਵੇ ਕਿ ਕਿਸਾਨ ਅੰਦੋਲਨ ਦੇ ਵਿੱਚ 214 ਮੁੰਡੇ ਸ਼ਹੀਦ ਹੋ ਗਏ ਕਦੇ ਐ ਨਿਕਲਿਆ ਹੋਵੇ ਵੀ ਬਹੁਤ ਮਾੜੀ ਗੱਲ ਅਸੀਂ ਦੁਸ਼ਮਣ ਦਾ ਬੱਚਾ ਮਰ ਜਾਵੇ ਤਾਂ ਵੀ ਜਾ ਕੇ ਘਰੇ ਜਾ ਕੇ ਬੈਠ ਉਹ ਅਸੀਂ ਤੁਹਾਡੇ ਦੁਸ਼ਮਣ ਦਾ ਨਹੀਂ ਆ ਕਿਸਾਨ ਤੁਹਾਡੇ ਦੁਸ਼ਮਣ ਦਾ ਨਹੀਂ ਬਹੁਤ ਬੇਸ਼ਰਮੀ ਨਾਲ ਕਹਿ ਹੈ ਤੁਮਰ ਕਿਸਾਨ ਕਦੇ ਕਿਸਾਨਾਂ ਦੇ ਨਵੀਂ ਦ੍ਰਿਸ਼ਟੀ ਹੁੰਦੀ ਆ ਬੈਠਾ ਰਾਜੇ ਆ ਰਾਜੇਵਾਲ ਸਾਹਿਬ ਨੇ ਜਦੋਂ ਉਹਨਾਂ ਨੇ ਕਿਹਾ ਗੱਲ ਸ਼ੇਖ ਲੰਗੀ ਮੀਟਿੰਗ ਦੇ ਵਿੱਚ ਗੱਲ ਸ਼ੇਖ ਲੰਗੇ ਤਾਂ ਰਾਜੇਵਾਲ ਸਾਹਿਬ ਨੇ ਕਿਹਾ ਵੀ 2 ਮਿੰਟ ਦਾ ਸਾਡੇ ਕੋਲ ਸ਼ਹੀਦਾਂ ਨੂੰ ਜਿਹਨੂੰ ਸ਼ਰਧਾਂਜਲੀ ਤਾਂ ਦੇ ਦਿਓ ਜਿਹੜੇ ਕੋਈ ਸ਼ਹੀਦ ਹੋ ਗਏ ਬੇਸ਼ਰਮੀ ਪ੍ਰਿੰਟ ਬੜਾ ਮਾਰ ਗਿਆ ਖੜਾ ਹੋਣਾ ਪੈ ਗਿਆ 1 ਮਿੰਟ ਵਾਸਤੇ ਸਾਡੇ ਨਾਲ ਕੋਈ ਹੁੰਦਾ ਸੀ ਜਿਹੜੀ 17-17 ਸਾਲ ਦੇ ਹੁੰਦੇ ਨੇ ਜਦੋਂ ਘਰਾਂ 'ਚ ਜਾਂਦੀਆਂ ਜਦੋਂ ਘਰਾਂ 'ਚ ਜਾਂਦੀਆਂ ਨੇ ਬਾਈ ਉਹ ਜਿਹੜਾ ਨਾਲ ਲਾਸ਼ ਨੂੰ ਲੈ ਕੇ ਜਿਹੜਾ ਉਹ ਲਾਸ਼ ਨੂੰ ਮੁੰਡੇ ਦੇ ਨਾਲ ਲੈ ਕੇ ਜਦੋਂ ਬਾਪ ਜੀ ਦੇ ਘਰ ਦੇ ਵਿੱਚ ਲਾਸ਼ ਜਾਂਦੀ ਹੈ ਤਾਂ ਉਹਦਾ ਹਿੱਸਾ ਦੇਖਦਾ ਇਸ ਤਰ੍ਹਾਂ ਦੇ ਹਾਲਾਤ ਵਾਪਰਦੇ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਨੇ ਵੀ ਮਿਸਤਰੀ ਇੱਕ ਧਨਾਵੇ ਦਾ ਉੱਥੇ ਮਿਸਤਰੀ ਵੀ ਨਹੀਂ ਸੀ ਉਹ ਰਾਣਾ ਸੀ ਕਾਰ ਕਰਦਾ ਸੀ ਮਿਸਤਰੀ ਜਾਣ ਗਿਆ ਰਾਤ ਨੂੰ ਗੱਡੀ ਦੇ ਵਿੱਚ ਵੱਜ ਕੇ ਸ਼ਹੀਦ ਹੋ ਗਿਆ ਸਾਰੇ ਦਾ ਸਾਰਾ ਹੋ ਗਿਆ ਕਈਆਂ ਜਾਂ ਵਾਰਦਾਤਾਂ ਦੇਖੀਆਂ ਪਰ ਸਰਕਾਰ ਨੂੰ ਕੋਈ ਮਤ ਨਹੀਂ ਤੁਸੀਂ ਮਰੋ ਖਪੋ ਦਿੱਤੋ ਕਰੋ ਸਰਕਾਰ ਨੂੰ ਕੋਈ ਮਤ ਨਹੀਂ ਇਹ ਸੋਨੀ ਸਰਕਾਰ ਸਕੂਲ ਨਹੀਂ ਹੈ ਦੋਸਤੋ ਇਹ ਫਾਂਸੀਵਾਦੀ ਹਕੂਮਤ ਕਾਰਪੋਰੇਟ ਘਰਾਣੇ ਦੇ ਫਾਇਦੇ ਦੀ ਗੱਲ ਕਰਦੀ ਹੈ ਕਾਰਪੋਰੇਟ ਘਰਾਣੇ ਦੇ ਭਲੇ ਦੀ ਗੱਲ ਕਰਦੀ ਹੈ ਇਹਦੇ ਖਿਲਾਫ ਲੜਨਾ ਪੈਣਾ ਜੂਝਣਾ ਪੈਣਾ ਖੜਨਾ ਪੈਣਾ ਤੇ ਫੈਸਲਾ ਕਰਨਾ ਪੈਣਾ ਕਿ ਜਿੰਨਾ ਚਿਰ ਜੰਗ ਨਹੀਂ ਦਿੱਤੀ ਜਾਂਦੀ ਇਹ ਜੰਗ ਨਹੀਂ ਜਿੱਤਾਂਗੇ ਇੱਕ ਅਗਲੀ ਜੰਗ ਹੈ ਉਦੋਂ ਵੀ ਵੱਡੀ ਜੰਗ ਹੈ ਉਹ ਜੰਗ ਦੇ ਵਿੱਚ ਹਿੱਸਾ ਵੀ ਪਾਵਾਂਗੇ ਤੇ ਉਹ ਜੰਗ ਨੂੰ ਜਿੱਤ ਤੱਕ ਵੀ ਲੈ ਕੇ ਜਾਵਾਂਗੇ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਹਾਂ ਵੀ ਤੁਸੀਂ ਇਸ ਅੰਦੋਲਨ ਦੇ ਵਿੱਚ ਜਿਵੇਂ ਗੱਜ ਵੱਜ ਕੇ ਆਏ ਹਾਈ ਰੂਪ ਦੇ ਵਿੱਚ ਇਸ ਤਰ੍ਹਾਂ ਗੱਜ ਵੱਜ ਗਿਆ ਹੁਣ ਮੈਂ 2-3 ਪ੍ਰੋਗਰਾਮਾਂ ਦਾ ਐਲਾਨ ਕਰਨਾ ਮੈਂ ਦੁਆਸ ਕਰਦਾ ਵੀ ਤੁਸੀਂ ਇਹ 2-3 ਪ੍ਰੋਗਰਾਮ ਬੜੀ ਸਿੱਧਕੜੇ ਨਾਲ ਆਗੂ ਕਰੋਗੇ ਜਿਹੜੇ 3 ਪ੍ਰੋਗਰਾਮ
ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬੇਨ ਜਾਣਦੇ ਹਾਂ। ਇੱਕ ਹੈਗਾ 30 ਫਰਵਰੀ ਦਾ ਚਾਚਾ ਜੀਤ ਸਿੰਘ ਦਾ ਦਿਹਾੜਾ, ਉਹ ਜਨਮਦਿਨ ਹੈ 23 ਫਰਵਰੀ। 23 ਫਰਵਰੀ ਵਾਲੇ ਦਿਨ ਸੰਯੁਕਤ ਕਾਨੂੰਨ ਚ ਦਾ ਫੈਸਲਾ ਹੈ ਵੀ ਚਾਚਾ ਅਜੀਤ ਸਿੰਘ ਦਾ ਜਨਮਦਿਨ, ਜਿਹੜੀਆਂ ਸਾਡੀਆਂ ਸਟੇਜਾਂ ਨਿਕਲ ਗਈਆਂ ਪੰਜਾਬ ਚੱਲਦੀਆਂ ਨੇ ਉਹਨਾਂ ਦੇ, ਜਿਹੜੀਆਂ ਦਿੱਲੀ ਚੱਲਦੀਆਂ ਨੇ ਉਹਨਾਂ ਦੇ, ਚਾਚਾ ਅਜੀਤ ਸਿੰਘ ਦਾ ਜਨਮਦਿਨ ਮਨਾਉਣਾ। ਦੂਜਾ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ, ਅਸੀਂ ਮੀਟਿੰਗ ਦੇ ਵਿੱਚ ਵੀ ਰੱਖੀ ਸੀ ਗੱਲ ਕਿ 27 ਫਰਵਰੀ ਵਾਲੇ ਦਿਨ ਆਪਾਂ ਸਾਰਿਆਂ ਨੇ ਦਿੱਲੀ ਜਾਣਾ ਹੈ। ਇੱਕ ਛੁੱਟੀ ਹੋਰ ਮਾਰਨੀ ਹੈ, ਦਿੱਲੀ ਦੇ ਵਿੱਚ ਵੱਡਾ ਇਕੱਠ ਕਰਨਾ, ਉਹਦੀ ਤੁਸੀਂ ਤਿਆਰੀ ਹੋਰ ਕਰ ਲਓ ਕਿ ਇੱਕ ਦਿਨ ਵਾਸਤੇ ਜਾਂ 26 ਜਾਂ 27 ਲੱਗ ਜਾਵੇ ਜਾਂ 27 ਤੇ 28 ਲੱਗ ਜਾਵੇ। 27 ਨੂੰ ਉੱਥੇ ਹਾਜ਼ਰ ਹੋਣਾ, ਕਿਸੇ ਵੇਲੇ ਤੋਂ 26 ਤਰੀਕ ਨੂੰ 27 ਤਰੀਕ ਨੂੰ ਦਿੱਲੀ ਵੱਲ ਮੁਹਾਰਾ ਕਰੋ। ਅਗਲਾ ਪ੍ਰੋਗਰਾਮ ਹੈ 8 ਮਾਰਚ ਦਾ ਔਰਤ ਦਿਵਸ ਹੈ। ਔਰਤ ਦਿਵਸ ਆਪਾਂ ਹਰ ਵਾਰ ਮਨਾਉਂਦੇ ਹਾਂ, ਇਹ ਸਾਲ ਆਪਣੀ ਸਕੀਮ ਹੈ ਵੀ ਔਰਤ ਦਿਵਸ ਆਪਾਂ ਦਿੱਲੀ ਦੇ ਵਿੱਚ ਮਨਾਈਏ। ਦਿੱਲੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਵੀ 8 ਮਾਰਚ ਨੂੰ ਕਲੀਆਂ ਭੈਣਾਂ ਦੇ ਕਾਫਲੇ ਦਿੱਲੀ ਵੱਲ ਰਵਾਨਾ ਹੋਣ ਤੇ ਅਸੀਂ ਦਿੱਲੀ ਦੇ ਵਿੱਚ ਔਰਤ ਦਿਵਸ ਮਨਾਈਏ। ਅਸੀਂ ਇਹ ਸੱਜੇ ਸੰਯੁਕਤ ਮੋਰ ਤੇ ਵੀ ਰੱਖਾਂਗੇ ਤੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਵੀ ਇਹ ਸਭੇ ਲਾਗੂ ਕੀਤੇ ਜਾਣ। ਪਾਸ ਹੋ ਗਿਆ ਕਹਿੰਦੇ ਸੰਯੁਕਤ ਮੋਰ ਤੇ ਵੱਲੋਂ ਵੀ। ਇਸ ਕਰਕੇ ਭਰਾਵੋ ਇਹ ਪ੍ਰੋਗਰਾਮ ਇਸੇ ਤਰ੍ਹਾਂ ਲਾਗੂ ਕਰਨਾ ਹੈ। ਲਾਸਟ ਦੇ ਵਿੱਚ ਜਾਂਦੇ ਜਾਂਦੇ ਸੁਣ ਲਓ, ਜਾਂਦੇ ਜਾਂਦੇ ਬਾਈ 1 ਮਿੰਟ ਖੜ ਕੇ ਸੁਣ ਲਓ, 1 ਮਿੰਟ ਦੀ ਗੱਲ ਮੁੱਕਦੀ ਹੈ। ਮੈਂ ਦੇਖਿਆ ਕੋਈ ਉਰੀ ਹੁੰਦੇ ਨੇ, ਆਪਾਂ ਜਦੋਂ ਇਹੋ ਜਿਹੇ ਸੀ ਆਪਾਂ ਮੇਲ ਗਏ। ਇਸ ਕਰਕੇ ਭਰਾਵੋ ਸੁਣ ਲਓ ਮੇਰੀ ਗੱਲ, ਕੱਠ ਵੱਜਾ ਹੁਣ ਤੱਕ ਤੁਸੀਂ ਆਏ ਹੋ ਸੁੱਖ ਸਾਹਿਬ ਨਾਲ ਇੱਥੇ ਪਹੁੰਚੇ, ਮੈਂ ਇਸ ਗੱਲ ਦੀ ਵਧਾਈ ਦਿੰਦਾ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਕਹਿੰਦਾ, ਮੁੜਦੇ ਵੇਲੇ ਕੋਈ ਬੱਸ ਠੇਕੇ ਚ ਨਾ ਹੋਵੇ, ਕੋਈ ਵੀ ਡਰਾਈਵਰ ਸ਼ਰਾਬੀ ਨਾ ਹੋਵੇ, ਕੋਈ ਕਹਾ ਨਾ ਕਰੇ ਦੂਜੇ ਨੂੰ ਕੱਢਣ ਲਈ, ਸੁੱਖ ਸਾਹਿਬ ਨਾਲ ਘਰੇ ਜਾਵੇ। ਆਪਣੀ ਜਿੱਤ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ।